ਇਹ ਹਾਲ ਚਾਲ ਆ ਗਏ ਰੀਲਾਂ ਵਾਲੇ ਬੱਚਿਆਂ ਦੇ ਨਾਲ, ਸਾਲਾ ਸਮਝ ਨਹੀਂ ਆਉਂਦੀ, 10ਵੀਂ ਦੇ ਪੇਪਰ ਦੇਣ ਦੀ ਬਜਾਏ ਰੀਲਾਂ ਦੇ ਗੇੜੇ ਦੇਈ ਜਾਂਦੇ ਆ। ਮੱਖੜਾ ਮਸੂਮ ਮੇਰੀ ਜਾਨ ਦਾ ਕੋਈ ਚੱਕਰ ਹੀ ਨਹੀਂ, ਕਿਹੜਾ ਕੋਈ ਫਰਕ ਪੈਂਦਾ ਸਾਲਾ, ਮੈਨੂੰ ਲੱਗਦਾ ਮੇਰੇ ਤੋਂ ਬਾਅਦ ਤਾਂ ਸਾਲਾ ਕੋਈ ਸਕੂਲਾਂ ਕਾਲਜਾਂ 'ਚ ਪੜ੍ਹਿਆ ਹੀ ਕੋਈ ਨਹੀਂ, ਪਰ ਸਾਡੀ ਪੀੜ੍ਹੀ ਜਿਹੜੀ ਪੜ੍ਹ ਗਈ ਉਦੋਂ ਬਾਅਦ ਤਾਂ ਪੜ੍ਹੇ ਕੋਈ ਨਹੀਂ ਜਾਂਦਾ, ਸਾਰੇ ਤਾਂ ਸਾਰੇ ਐਲਸ ਕਰੀ ਜਾਂਦੇ ਆ ਜਾਂ ਕਨੇਡਾ ਜਾਈ ਜਾਂਦੇ ਆ। ਜਿਹੜੇ ਕਨੇਡਾ ਨਹੀਂ ਜਾਈ ਜਾਂਦੇ ਉਹ ਰੀਲਾਂ 'ਤੇ ਗੰਦ ਪਾਈ ਜਾਂਦੇ ਆ, ਅਤੇ ਜਿਹੜੇ ਕਨੇਡਾ ਜਾਈ ਜਾਂਦੇ ਆ ਉਹ ਵਲੌਗਾਂ 'ਚ ਗੰਦ ਪਾਈ ਜਾਂਦੇ ਆ। ਸੋ ਆਓ ਚੱਲੀਏ ਰੀਲਾਂ ਵਾਲੇ ਟੈਲੈਂਟ ਦੇ ਵੱਲ। ਮਯੰਕ ਬੜੀ ਛੇਤੀ ਰਿਸ਼ਤਾ ਕਰਾ ਲਿਆ, ਚੱਲ ਕੋਈ ਗੱਲ ਨਹੀਂ, ਆ ਵੀ ਛਕਣ ਪਾਵਾਂ। ਰਾਨੀ ਦੁਨੀਆ ਚਾਹੇ ਜੋ ਵੀ ਕਹਿ ਦੇ, ਕਦੇ ਕੋਈ ਕਰਨੀ ਲੜਾਈ ਹੈ ਇੱਕ, ਤੂੰ ਤੇਰਾ ਵੀ ਤੂੰ ਤੇਰਾ ਵੀ। ਆਹ ਵੇਖ ਲਾ ਛੱਜੇ ਵਾਂਗੂ ਕਰੀ ਫਿਰਦਾ, ਖਿਲਾਰ ਤਾਂ ਤਾਂ ਹੀ ਹੈ ਜਿਵੇਂ ਹੁਣੇ ਗਾਣ ਲੱਗਿਆ ਹੁੰਦਾ। ਆਹ ਗਰਮਾਲੀ ਮਾਰ ਕੇ ਲਸ਼ਕਾ ਦੇ। ਉਹ ਬੈਰੀਆਂ ਨੇ ਛੱਤੀ ਰਾਤੀ ਕੇਸ ਪਾ ਲਿਆ, ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ। ਸਾਲੀ ਸਮਝ ਨਹੀਂ ਆਉਂਦੀ, ਮੈਨੂੰ ਲੱਗਦਾ ਸਾਡੇ ਨਾਲ ਜ਼ਿਆਦਾ ਕਲੇਸ਼ ਤਾਂ ਇਹਨਾਂ ਦੇ ਹੁੰਦੇ ਆ, ਉਹ ਵੀ ਰੀਲਾਂ ਪਾ ਕੇ। ਸਾਲੇ ਫੀਲਿੰਗਾਂ ਤਾਂ ਇਹ ਲੈਂਦੇ ਆ ਜਿਵੇਂ ਬੰਦਾ ਹੀ ਮਾਰ ਕੇ ਸਿੱਟ ਦੇਣਗੇ, ਭਰਵੱਟੇ ਦਾ ਵੇਖ ਚੱਕੇ ਦੋਨਾਂ ਨੇ। ਉਹ ਬੈਰੀਆਂ ਨੇ ਛੱਤੀ ਰਾਤੀ ਕੇਸ ਪਾ ਲਿਆ, ਕਿ ਜਿਵੇਂ ਸਾਹਮਣੇ ਟੋਪਾਂ ਹੀ ਨਹੀਂ ਹੁੰਦੀਆਂ। ਓਏ ਹੋਏ ਲਿਆ ਮੇਰਾ ਤੀਰ ਕਮਾਨ ਕਿੱਥੇ ਆ, ਸਮਝ ਰਿਹਾ ਸਮਝ ਰਿਹਾ ਨਾ, ਤੀ ਬੈਨ ਲੱਗੇ ਨਾੜ ਚੜ ਜਾਂਦੀ ਆ ਫੀਲਿੰਗਾਂ ਲੜਾਈ ਦੀਆਂ, ਵੱਡ ਸੱਟਣਾ ਹੀ। ਮੇਰੀ ਜਾਨ ਬੁੱਲ ਹੇਠਲਾ ਦੰਦਾਂ ਦੇ ਵਿੱਚ ਚੱਪ ਕੇ, ਬੁੱਲ ਹੇਠਲਾ ਦੰਦਾਂ ਦੇ ਵਿੱਚ ਬੁੱਲ ਤਾਂ ਐ ਚੱਪਦੀ ਆ। ਗਾਣੇ 'ਚ ਬੋਲਤਾ ਬਸ ਕਰ ਦੋ, ਟੌਪ ਦੀ ਮਾਡਲ ਬਣਨਾ ਚਾਹੁੰਦੇ ਆ ਮੈਨੂੰ ਲੱਗਦਾ ਬੱਚੇ, ਟੌਪ ਦੇ ਮਾਡਲ ਟੌਪ। ਆ ਕਿਹੜਾ ਮਾਰਤਾ ਹੋਇਆ ਜਦੋਂ ਐਂ ਮਰ ਜਾਂਦਾ, ਨਸ਼ਾ ਕੀਤਾ ਕਿ ਸਟ੍ਰਿੰਗ ਪੀਤੀ ਆ। ਜਦੋਂ ਹੱਸੀ ਨੀ ਤੂੰ ਖੱਬੀ ਆ ਕੇ ਦੱਬ ਕੇ ਨੀ ਜੱਟ ਨੂੰ, ਜਦੋਂ ਹੱਸੀ ਨੀ ਤੂੰ ਖੱਬੀ ਆ ਕੇ ਦੱਬ ਕੇ ਨੀ ਜੱਟ ਨੂੰ। ਖੱਬੀ ਨੀ ਸੱਜੀ ਇਹ ਵਿਆਹ ਕਰਾਣਗੇ। ਤਾਨੇ ਕਿਆ ਹੋ ਗਿਆ ਹੈ ਮੁਝੇ ਦੀਵਾਨਾ ਲੋਗ ਕਹਿਣੇ ਲਗੇ। ਆ ਓਏ ਗਰੀਬਾਂ ਦੇ ਅਰਜੀਤ ਸਿੰਘ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਕੁੜੀਏ ਕੀ ਵੇਖ ਕੇ ਵਿਆਹ ਕਰਾਇਆ, ਕਿ ਜ਼ਿਆਦਾ ਕਾਹਦੀ ਸੀ ਉਹਨੂੰ ਮਿਲਣ ਦੀ। ਉਹਨੂੰ ਕੀ ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਆ ਸਾਡੇ ਕੋਲ ਬੱਚਾ ਇੱਕ ਵੀਜ਼ਾ ਲੈ ਕੇ ਜਾ ਰਿਹਾ, ਐਂਜਲ ਦਾ ਬ੍ਰਦਰ ਸ਼ਿਵਮ ਦਾ ਨਹੀਂ ਲੱਗਿਆ, ਲਵਾ ਦਾ ਕੋਈ ਗੱਲ ਨਹੀਂ, ਤੁਸੀਂ ਤਾਂ ਜਾਓ ਇਕੱਠੇ ਜਾਓਗੇ। ਅੱਛਾ ਤਾਂ ਬਣ ਗਈ ਹੈ ਗੱਲ, ਸਾਡਾ ਯਾਰ ਇੰਨਾ ਸੋਹਣਾ, ਪੋਨੇ ਰੀਜਪੁਰ ਇੰਨੀ ਫੀਲ ਲੈਂਦੇ, ਪੁੱਛੋ ਹੀ ਨਾ, ਜੁੰਡੇ ਤਾਂ ਸਾਡੇ ਵੀ ਹੈਗੇ ਆ ਪਰ ਅਸੀਂ ਇਹਨਾਂ ਨਾਲ ਕਦੇ ਨਹੀਂ ਖੇਡੇ, ਇਹ ਤਾਂ ਐਂ ਖੇਡਦਾ ਫਿਰੂਗਾ, ਇੰਨਾ ਤਾਂ ਕਦੇ ਮਨਪ੍ਰੀਤ ਨਹੀਂ ਖੇਡੀ, ਜੇ ਇੱਧਰ ਨੂੰ ਆਵਾਜ਼ ਮਾਰੇ ਐਂ ਵੇਖ ਲੈਣਾ ਹੀ, ਖੜਕਾ ਕੇ ਵੇਖਦਾ ਪਿੱਛੋਂ ਕੀ ਸਿਕਰੀ ਡਿੱਗਦੀ ਆ। ਦੇਖ ਲੋ ਸ਼ਿਵਮ, ਐਂਜਲ, ਹੋਰ ਪਤਾ ਨੀ ਕੌਣ ਕੌਣ ਹੈ, ਹੋਰ ਵੀ ਕੋਈ ਹੋਣੇ ਆ, ਪਰ ਜੇ ਲਾਣੇ 'ਚ ਠੋਕ ਆ ਫਿਰ ਆਹ ਕਹਿਣ ਦੀ ਕੀ ਲੋੜ ਹੈ। ਆ ਬਦਲ ਗਿਆ ਬਦਲ ਗਿਆ, ਟੱਕ ਕਿਹੜੇ ਲੱਗੇ ਆ, ਉਹ ਪਤੰਗ ਡਾਇਆ ਨਾ ਡੋਰ ਦੇ ਟੱਕ ਲੱਗੇ ਹੋਣੇ ਆ, ਟੱਕ ਚੁੱਕ ਤੋਂ ਡ ਮੱਖੜਾ ਮਸੂਮ ਮੇਰੀ ਜਾਂਦਾ, ਹੋ ਮੈਂ ਵੇਖੀ ਜਾਵਾਂ ਪੁੱਜਦੀ ਪਿਆਸ ਨੀ। ਰਿਸ਼ਤੇਦਾਰ ਇਹਨਾਂ ਨੂੰ ਸਾਰੇ ਕਾ ਕੇ ਦੇ ਦਿੰਦੇ ਆ ਕੁੜੀ ਦੇ, ਰਿਸ਼ਤਾ ਕਰਨ ਤੋਂ ਬਾਅਦ ਲੈ ਜਾ ਭਾਈ ਰੀਲਾਂ ਪਾ, ਕਾਹੇ ਕੁਛ ਮਰਜ਼ੀ ਪਾ, ਬਸ
ਸਰਕੀ ਕੀ ਹਾਲ ਹੈ, ਕਿੱਥੇ ਰਹਿ ਗਿਆ ਸੀ? ਵਿਆਹ ਦਾ ਕੰਮ ਖਤਮ ਹੋ ਗਿਆ ਕੇ? ਬਸ ਪਹਿਲਾਂ ਰਿਸ਼ਤਾ ਕਰਾ ਲਓ ਤੇ ਜੱਫੀਆਂ ਪਾ ਲਓ ਤੇ ਰੀਲਾਂ ਪਾ ਲਓ, ਬਾਅਦ ਚੋਂ ਭਾਵੇਂ ਕਿਹੜਾ ਚੱਲ ਜਾਓ। ਥੱਕੀ ਵੀ ਨਾ ਯਾਰ। ਸਾਰਿਆਂ ਨੂੰ ਹੋਰ ਕਿੱਦਾਂ, ਠੀਕ ਹੋ ਸਾਰੇ? ਅਤੇ ਅੱਜ ਦਾ ਵਲੋਗ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਵਾਂ। ਮੈਂ ਅੱਜ ਚੱਲਾਂ ਸੀ ਮਾਨੀ ਵੱਲ, ਜਿੱਦਾਂ ਕਿ ਆਪਣੇ ਪਿਛਲੇ ਵਲੋਗ 'ਚ ਤਾਂ ਉੱਦਾਂ ਵੀ ਆਪਣੇ ਯੂਟਿਊਬ ਦੇ ਸ਼ੋਰਟਸ ਵਗੈਰਾ 'ਚ ਕਮੈਂਟ ਵੀ ਆ ਰਹੇ ਸੀ, ਅਤੇ ਵਲੋਗ 'ਚ ਵੀ ਕਮੈਂਟ ਆ ਰਹੇ ਸੀਗੇ ਕਿ ਹਿਮਾਨੀ ਦੀ ਫੈਮਿਲੀ ਨਾ ਮਿਲਾਓ, ਮਤਲਬ ਵਲੋਗਿੰਗ ਕਰੋ, ਉੱਧਰ ਜਾਓ। ਤਾਂ ਫੈਨ ਆ ਜਿਹੜਾ ਤੈਨੂੰ ਹਿਮਾਨੀ ਦੇ ਘਰੇ ਜਾਣ ਨੂੰ ਕਹਿ ਰਿਹਾ, ਸਮਝ ਨਹੀਂ ਆਉਂਦੀ ਸਾਲਾ? ਰਿਸ਼ਤਾ ਕਰਾ ਕੇ ਸਭ ਕੁਛ ਹੀ ਹੋ ਗਿਆ ਕਿ ਪਾਣੀ ਵਾਰਨ ਵਾਲਾ ਟ੍ਰੈਂਡ ਗਿਆ? ਕੋਈ ਚੱਕਰ ਨਹੀਂ, ਆਈ ਜਾਓ ਜਾਈ ਜਾਓ, ਚੱਲ ਹੀ ਜਾਂਦਾ। ਰੀਲਾਂ ਪਾਓ, ਪੈਸਾ ਕਮਾਓ, ਪਾਣੀ ਬਾਅਦ 'ਚੋਂ ਵਾਰ ਲਾਂਗੇ। ਮੰਮੀ ਇੱਧਰ ਆ, ਰੀਲ ਬਣਵਾ ਲਈ ਬਸ ਸਾਈਡ ਦੇ ਯਾਰ। ਉਹਨਾਂ ਨੂੰ ਘਰੇ ਆਈ ਜਾਂਦੀ ਆ, ਜਿਵੇਂ ਇਹਨੇ ਤਾਂ ਸਟੂਡੀਓ ਖੋਲਿਆ ਹੁੰਦਾ ਨਾ। ਹਿਮਾਨੀ ਬਿਨਾਂ ਦਾ ਕੰਮ ਹੀ ਨਹੀਂ ਚੱਲਦਾ ਇਹਦਾ। ਗੱਲ ਤਾਂ ਸੱਚ ਹੈ, ਜਾਓ ਉਹਦੇ ਫੈਮਿਲੀ ਨਾਲ ਵਲੋਗ ਬਣਾਓ, ਅਤੇ ਆਪਾਂ ਚ ਆਪਾਂ ਕਿਹਾ ਚਲੋ ਅੱਜ ਆਪਾਂ ਉੱਦਾਂ ਹੀ ਕਰਦੇ ਹਾਂ। ਅਤੇ ਅੱਜ ਮੈਂ ਚੱਲਾਂ ਹਿਮਾਨੀ ਵੱਲ, ਅਤੇ ਮੈਂ ਉੱਠਿਆ ਹੀ ਹਾਂ, ਥੋੜ੍ਹੀ ਦੇਰ ਹੀ ਹੋਈ, ਅੱਧਾ ਘੰਟਾ ਹੋਇਆ ਮੈਨੂੰ ਰੀਲ ਵਗੈਰਾ ਪਾਈ ਆ, ਅਤੇ ਹੁਣ ਮੈਂ ਰੈਡੀ ਹੋਣ ਲੱਗਾ। ਬਾਕੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ, ਸ਼ੇਅਰ ਵੀ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਤੁਹਾਨੂੰ ਜਾ ਕੇ ਮਿਲਦੇ ਹਾਂ ਫਿਰ। ਸਾਨੂੰ ਕਿੱਥੇ ਮਿਲਣਾ, ਅਸੀਂ ਨਹੀਂ ਮਿਲਣਾ। ਤੂੰ ਮਿਲਦੇ ਬੜਾ ਇੱਕ ਤਾਂ ਯਾਰ, ਸਾਰੇ ਕਹੀ ਜਾਣਗੇ ਮਿਲਦੇ ਮਿਲਦੇ ਹਾਂ। ਮੈਂ ਨਹੀਂ ਮਿਲਣਾ ਯਾਰ, ਮੈਂ ਕਿੰਨਿਆਂ ਨੂੰ ਮਿਲੀ ਜਾਵਾਂ। ਓਕੇ, ਕੱਪੜੇ ਕਰ ਦਿਓ, ਮੈਂ ਕਿਹਾ ਮੇਰੇ ਪ੍ਰੈਸ ਫਿਰ। ਪ੍ਰੈਸ ਨੂੰ ਬੜਾ ਤੈਨੂੰ ਰੋਟੀ ਨਹੀਂ ਸੱਦਿਆ ਉਹਨਾਂ ਨੇ, ਪ੍ਰੈਸ ਮੰਮੀ ਤੋਂ ਹੀ ਕੰਮ ਕਰਾਈ ਜਾ ਕਰ, ਆਪ ਕੁਛ ਨਾ ਕਰੀ ਤੂੰ। ਕੰਫਰਟੇਬਲ ਜੇ ਪਜਾਮਾ ਪਜੂਮਾ ਜਾਣਾ, ਉੱਥੇ ਜਾ ਕੇ ਚੇਂਜ ਕਰਨਾ ਹੁੰਦਾ ਮੈਨੂੰ। ਪਜਾਮਾ ਪਾ ਕੇ ਜਾਣ ਨੂੰ ਕੋਈ ਸਾਈਕਲ ਯਾਤਰਾ ਚੱਲੇ ਆ ਵੀ ਥੱਕ ਜਾਏਗਾ ਜਿਹੜਾ ਪਿੰਡ 'ਚ ਤਾਂ। ਲਓ ਵੀ ਮਿੱਤਰੋ, ਮੈਂ ਰੈਡੀ ਹੋ ਚੁੱਕਾ ਵਾਂ, ਅਤੇ ਮੈਂ ਥੋੜ੍ਹੇ ਕੰਫਰਟੇਬਲ ਜਿਹੇ ਕੱਪੜੇ ਪਾਏ ਆ। ਇੱਕ ਤਾਂ ਗਰਮੀ ਬੜੀ ਆ, ਅਤੇ ਪੈਂਟ ਸ਼ਰਟ ਪਾ ਕੇ ਬੈਠਣ ਜਾਂਦਾ। ਤੈਨੂੰ ਕੀ ਤੇਰੇ ਸਨ ਲੱਗੇ ਆ, ਵੀ ਆ ਜਾਂਦਾ ਨੇ ਰਿਸ਼ਤਾ ਕਰਾ ਲਿਆ, ਤਾਂ ਹੀ ਹਿਮਾਨੀ ਰੀਲਾਂ ਸਾਰੀਆਂ ਖੜ ਕੇ ਜਾਂਦੀਆਂ। ਪੱਟ ਦੇ ਬਹਾਨ ਵਾਲਾ ਰੋਮੈਂਸ ਹੀ ਖਤਮ ਹੋ ਗਿਆ। ਮੈਂ ਚੱਲਾਂ ਵਾਂ, ਅਤੇ ਮੌਲਿਕ ਆਇਆ ਹੋਇਆ ਸੀਗਾ, ਮੈਂ ਕਿਹਾ ਚੱਲ ਤੂੰ ਵੀ ਚੱਲ ਗੇਮ ਖੇਡਦਾ ਪਿਆ, ਚੱਲੀਏ ਮੌਲਿਕ ਮਾਨੀ ਵੱਲ। ਅਤੇ ਮੈਂ ਚੱਲਾਂ ਵਾਂ, ਤੁਹਾਨੂੰ ਫਿਰ ਜਾ ਕੇ ਮਿਲਦੇ ਹਾਂ, ਅਤੇ ਵਲੋਗ 'ਤੇ ਜੁੜੇ ਰਿਹਾ, ਜਾਂਦੇ ਫਿਰ ਮਿਲਦੇ ਤੁਹਾਨੂੰ। ਲਓ ਵੀ ਅਸੀਂ ਮਾਨੀ ਦੇ ਘਰ ਪਹੁੰਚ ਗਏ ਹਾਂ, ਆ ਬੈਠਾ ਇਹਦਾ ਭਰਾ। ਗੱਲ ਵੇਖੀ ਆ, ਇੱਧਰੋਂ ਤੁਰ ਕੇ ਸਿੱਧਾ ਉਸੇ ਘਰੇ ਪਹੁੰਚ ਜਾਂਦੇ ਆ। ਰਾਹ 'ਚ ਕੋਈ ਚਾਬੀ ਚੁਬੀ ਲਾ ਲਿਆ ਕਰੋ ਮੋਟਰਸਾਈਕਲ ਸਕੂਟਰੀ ਨੂੰ, ਕਾਰ ਨੂੰ ਸਟਾਰਟ ਕਰ ਲਿਆ ਕਰੋ, ਰੇਸ ਦੇ ਦਿਆ ਕਰੋ। ਨਹੀਂ ਗਾਇਸ, ਮੈਂ ਟੈਂਪੂ ਫੜ ਕੇ ਆਇਆ, ਰਕਸ਼ਾ ਵਾਲਾ ਭਾਈ ਲੜ ਪਿਆ ਮੇਰੇ ਨਾਲ, ਮੈਨੂੰ ਕਹਿੰਦਾ 40 ਮਗਰ 30, ਮੈਨੂੰ ਕਹਿੰਦਾ 40 ਮਗਰ 30। ਭਰਾ ਤੇ ਕਿੱਥੇ ਗਏ ਸਾਰੇ? ਮੰਮਾ ਪਾਪਾ ਕੰਮ ਤੇ, ਦੀਦੀ ਵੀ ਕੰਮ ਤੇ, ਦਾਦੀ ਮੰਮਾ ਬਾਹਰ ਗਏ। ਅੱਛਾ ਬਾਹਰ ਗਏ, ਦਾਦੀ ਮੰਮਾ ਟੂਰ ਤੇ ਗਏ ਆਪਣੇ। ਮੌਕੇ ਤੇ ਆ ਜਾਵਾਂ, ਤਾਰ ਕੀ ਆ, ਸਮਝ ਰਹੇ ਹੋ? ਸਮਝ ਰਹੇ ਹੋ? ਸਮਝ ਰਹੇ ਹੋ ਨਾ? ਇਹ ਤਾਂ ਬੈਠਾ ਹੀ ਰਾਖੀ ਨੂੰ ਹੈ। ਟੂਰ ਤੇ ਗਏ ਆਪਣੇ। ਅੱਛਾ ਟੂਰ ਕਰ ਜਾਣਾ ਨਾ, ਬੋਲ ਲਈ ਲੈਂਦੇ ਆ। ਬਸ ਹੋਵੇ ਨਾ ਹੋਵੇ, ਇੱਕ ਨਾ ਇੱਕ ਦਿਨ ਇਹਦੇ ਵਲੋਗ ਦੇ ਚੱਕਰਾਂ 'ਚ ਦੋਨੇ ਭੈਣ ਭਰਾਵਾਂ ਦੀ ਲੜਾਈ ਪੱਕਾ ਪੈ ਜਾਣੀ ਆ। ਹਾਲੀ ਸ਼ਰਮ ਹੀ ਆਈ ਨਹੀਂ, ਜਿਹੜੀ ਲੜਾਈ ਘਰੇ ਕਰਨੀ ਉਹ ਵਲੋਗਾਂ 'ਚ ਕਰੀ ਜਾਂਦੇ ਆ, ਲੋਕੀ ਇੱਜ਼ਤ ਕਰਨਗੇ ਤੁਹਾਡੀ। ਕੋਲਡ ਡਰਿੰਕ ਪੀ ਜਾਂਦੀ ਆ, ਤਿੰਨਾਂ ਦੇ ਗਲਾਸ 'ਚੋਂ ਪੀ ਕੇ ਫਿਰ ਪਾਉਂਦੀ ਆ। ਨਹੀਂ ਮੋਲਿਕ ਦਾ ਗਲਾਸ ਜਿਹੜਾ ਨਾ, ਉਹਦੇ ਕੋਲ ਨਹੀਂ ਦਿੱਤਾ ਪੀਣ ਵਾਸਤੇ ਮੈਂ। ਬੱਚੇ ਦੀ ਪੀਵੇਗੀ ਨਾ ਪਾਗਲ ਜੀ, ਬਸ ਕਰ ਹੁਣ ਕਿੰਨੀ ਪਾਣੀ ਆ, ਸਾਰੇ ਗਲਾਸ 'ਚੋਂ ਅੱਗੇ ਪੀਤੀ ਆ। ਇਹ ਨਹੀਂ ਕੋਲਡ ਡਰਿੰਕ ਪੀਂਦੀ ਆ, ਭੁੱਖੀ ਆ।
ਕਰਿਓ ਇਹ ਬਸ ਏਦਾਂ ਹੀ ਕਹਿੰਦੀ ਚਪੇੜ ਮਾਰੂੰਗੀ ਮਾਰਦੀ ਮੂਰਦੀ ਹੈਗੇ ਨੇ ਓਦਣ ਇਹਨੇ ਉਹਦੀ ਉਂਗਲਾਂ ਮਰੋੜਤੀ ਵਿਚਾਰੀ ਰੋਣ ਲੱਗ ਗਈ ਪੈਸੇ ਇਕੱਠੇ ਕਰੀ ਜਾਂਦਾ ਆਪਦਾ ਵੀ ਕੁਛ ਪਾਇਆ ਕਰੋ ਵਲੋਗ ਚ ਸਾਰੇ ਵਲੋਗ ਹਮਾਨੀ ਤੇ ਹਮਾਨੀ ਕੋਕ ਪੀਣ ਲੱਗੀ ਆ ਹਮਾਨੀ ਟੱਟੀ ਚ ਹਾਂ ਕੀ ਹੋਇਆ ਪਾਣੀ ਖਤਮ ਹੋ ਗਿਆ ਟੈਂਕ ਚ ਦਾਦੀ ਜੀ ਕੁਛ ਬੋਲਦੇ ਨੇ ਤਨਿਸ਼ ਕਹਿ ਬੋਲਣਾ ਕੀ ਹੋਇਆ ਕੁਛ ਵੀ ਕਹਿ ਚੈਨਲ ਕੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਹਿ ਦੋ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਦਿਓ ਮੈਨੂੰ ਨਹੀਂ ਕਹਿਣਾ ਐਂ ਕੋ ਮੈਂ ਸ਼ਰਮਾ ਨੂੰ ਮਸ਼ਹੂਰ ਕਰ ਦੋ ਭਰਾ ਬਸ ਕਰ ਦੋ ਗੇਮ ਹੀ ਖੇਡੀ ਜਾਂਦੇ ਖਾਈ ਗੇਮ ਖਾਇਓ ਕੀ ਪਬਜੀ ਲੱਗੇ ਜੇ ਡਿਸਪਲੇ ਵੱਡੀ ਤੂੰ ਖਾ ਪਬਜੀ ਲੱਗੇ ਚਲੋ ਕੁਲਚਾ ਖਾਣ ਲੱਗੇ ਆ ਤੇ ਇੱਧਰ ਤਾਂ ਸ਼ੁਰੂ ਹੋ ਵੀ ਗਈ ਆ ਉੱਧਰ ਵੀ ਸ਼ੁਰੂ ਹੋ ਗਿਆ ਤਾਂ ਵੀ ਸ਼ੁਰੂ ਹੋਣ ਲੱਗਾ ਤੇ ਨਹੀਂ ਖਾਣਾ ਪਾਵਾਂ ਤੁਹਾਡੇ ਵਾਸਤੇ ਵੀ ਦਾਦੀ ਖਾ ਲਓ ਕੁਲਚਾ ਸ਼ਰਮ ਆਉਂਦੀ ਹੈ ਚੰਡੇ ਹੋਣ ਦੀ ਉਹ ਦਾਦੀ ਪਹਿਲੀ ਰਹੀ ਹੈ ਕਿ ਨਾ YouTube ਤੇ ਵਲੌਗ ਆਣਾ ਨਰਵਸ ਹੋ ਜਾਂਦਾ ਸਾਰੇ ਯਾਰ ਭਾਈ ਵੀ ਨਰਵਸ ਹੋ ਗਏ ਜੋ ਨਵਾਂ ਨਵਾਂ ਸਾਨੂੰ ਵਲੌਗ ਚ ਕਹਿਣ ਲਈ ਤਾਂ ਨਰਵਸ ਨੂੰ ਦਾਦੀ ਕੀ ਪਰਮੇਸ਼ ਵਰਮੇ ਦੀ ਐਕਟਿੰਗ ਕਰੀ ਜਾਂਦੀ ਆ ਦਾਦੀ ਨਰਵਸ ਹੋਈ ਦਾਦੀ ਨੂੰ ਪਤਾ ਹੀ ਨਹੀਂ ਵਲੌਗ ਹੁੰਦੇ ਕੀ ਆ ਐਵੇਂ ਚੜ ਹੀ ਜਾਂਦੇ ਦਾਦੀ ਨਰਵਸ ਹੋਈ ਹੁੰਦੀ ਆ ਤੂੰ ਕਿਹਦੇ ਵਲੌਗ 'ਚ ਨਰਵਸ ਹੋਇਆ ਸੀ ਨਾਂ ਲੈ ਕੇ ਦੱਸਿਆ ਕਰੋ ਮਾਵੇਂ ਕੁਛ ਉਹਦੇ ਵਲੌਗ 'ਚ ਹੋਇਆ ਸੀ ਕਿਸੇ ਨੂੰ ਕਹਾਂ ਕਿ ਤੂੰ ਕਿਹਦੇ ਵਲੌਗ 'ਚ ਆਇਆ ਸੀ ਇਹ ਚੌਂਪੂ ਜਾਂ ਇੰਦਰ ਸ਼ਰਮਾ ਤੋਂ ਸਵਾਦ ਇਹਨੂੰ ਕੋਈ ਜਾਣਦਾ ਨਹੀਂ ਤੂੰ ਕੀ ਫਰੈਸ਼ੀ ਫਰੈਸ਼ੀ ਦਾ ਵਲੌਗ ਥੋੜ੍ਹੀ ਸੀ ਯਾਰ ਪਹਿਚਣਾ ਕੀ ਸੀ ਯਾਰ ਉਹਦਾ ਰਿਸ਼ਤਾ ਹੋਇਆ ਸੀ ਉਦੋਂ ਹੀ ਬੋਤਲਾਂ ਬਚ ਗਈਆਂ ਸੀ ਕੋਕ ਵਾਲੀਆਂ ਨਹੀਂ ਨਹੀਂ ਭੈਣ ਜੀ ਬਸ ਮੁੰਡੇ ਨੂੰ ਕੁੜੀ ਮਿਲ ਗਈ ਕੁੜੀ ਨੂੰ ਮੁੰਡਾ ਪਸੰਦ ਤਾਂ ਮੀਂਹ ਦੀ ਕੋਈ ਨਹੀਂ ਸੀ ਉਹ ਵੀ ਮੰਮੀ ਜੀ ਆ ਗਏ ਨੇ ਕੀ ਹਾਲ ਚਾਲ ਜੀ ਪੈਰੀ ਪਿੰਡ ਕੀ ਹਾਲ ਜੀ ਠੀਕ ਹੈ ਤੁਸੀਂ ਸੁਣਾਓ ਆਪਣੀ ਬਾ ਵਧੀਆ ਤੂੰ ਵੀ ਹੱਸਦੀ ਬਣੀਆਂ ਨੇ ਚਲੋ ਜੀ ਹੋਰ ਕੁਛ ਹੈ ਨੀ ਗਾ ਵੈਸੇ ਮੈਂ ਵੇਖਿਆ ਇਹਦੇ ਵਲੌਗਾਂ ਚ ਮਿਆਂਕ ਘੱਟ ਤੇ ਹਿਮਾਨੀ ਦੀ ਬੇਇੱਜ਼ਤੀ ਜ਼ਿਆਦਾ ਹੁੰਦੀ ਆ ਸਾਲਾ ਹਿਮਾਨੀ ਹਿਮਾਨੀ ਵਲੌਗਾਂ 'ਚ ਚੜਿਆ ਪਿਆ ਚੈਨਲ ਮਯੰਕ ਵਲੌਗਸ ਹੈ ਫਿਰ ਕਹਿਣਗੇ ਸਾਨੂੰ ਗਾਇਸ ਕੋਈ ਜਾਣਦਾ ਨਹੀਂ ਜਾਣਣਗੇ ਕਿਵੇਂ ਪਿੱਛੇ ਤਾਂ ਤੁਸੀਂ ਪਰਦੇ 'ਤੇ ਬੈਠੇ ਹੁੰਦੇ ਹੋ
ਮਾਨੀ ਦੇ ਝੰਡੇ ਝੂਲਦੇ ਸੀ, ਇੱਧਰ ਤਾਂ ਝੂਲਣ ਲੱਗ ਗਏ ਨਾ, ਲੱਖ ਲੱਖ ਵਿਊ ਆ ਗਿਆ। ਆ ਗਏ ਯੂਟਿਊਬ ਵਾਲੇ ਪੈਸੇ, ਮੋਟੀ ਉੱਟੀ ਆ ਗਈ ਬਣਾਉਂਦੇ ਪਏ ਆ। ਪੁੱਛੀ ਜਾਂਦਾ ਕੀ ਵੱਢੀ ਜਾਂਦੇ, ਦਾਦੀ ਕੀ ਕੱਟਾ ਵੱਢੀ ਜਾਂਦੀ ਆ, ਸ਼ਿਮਲਾ ਮਿਰਚ ਤੇ ਆਲੂ ਆ, ਇਹਨੂੰ ਉਹ ਵੀ ਨੀ ਪਤਾ। ਕੀ ਵੇਖ ਕੇ ਰਿਸ਼ਤਾ ਹੋਇਆ ਤੇਰਾ? ਵੈਸੇ ਗੱਲ ਦੱਸ, ਰੀਲਾਂ ਤੇ ਫਾਲੋਵਰ ਵੀ ਹੈਣੀਗੇ, ਕੀ ਵੇਖਿਆ ਹੋਣਾ? ਸ਼ਿਮਲਾ ਮਿਰਚ ਨੀ, ਸ਼ਿਮਲਾ ਆਲੂ। ਸ਼ਿਮਲਾ ਆਲੂ ਇਹ ਮੈਂ ਨਾਮ ਪਾਇਆ, ਇਹ ਮੈਂ ਨਾਮ ਪਾਇਆ ਵਾ। ਕਮਾਲ ਦੀ ਗੱਲ, ਹਿਮਾਨੀ ਕਿਹਨੂੰ ਕੋਈ ਪੁੱਛ ਲੈ ਤੁਹਾਡਾ ਜਵਾਈ ਕੀ ਕਰਦਾ, ਇਹਨਾਂ ਨੇ ਆਖਣਾ ਰੀਲਾਂ ਪਾਉਂਦਾ ਤੇ ਆਵਾਜ਼ ਜਿਹਾ ਝਾੜਦਾ, ਉਹ ਕਿਉਂ ਸਿੱਕਰੀ ਪਈ ਆ? ਚੱਲ ਟਿਊਸ਼ਨ।